ਬਿਸਮਿਲ੍ਲਾ ਰਹਿਮਾਨ ਰਹਿਮ ਦੋਸਤੋ, ਮੈਂ ਤੁਹਾਡਾ ਵੀਰ ਲਿਆਕਤ ਅਲੀ ਅਤੇ ਤੁਸੀਂ ਦੇਖ ਰਹੇ ਹੋ ਯੂਟਿਊਬ ਐਗਰੀ ਟਰੈਕਟਰਸ ਐਂਡ ਐਗਰੀ ਯੂਟਿਊਬ ਚੈਨਲ। ਇਹ ਅੱਜ ਅਸੀਂ ਇਹ ਮਸ਼ੀਨ ਸੀਗੀ ਸਾਡੇ ਪੱਠੇ ਕੁੱਤਣ ਵਾਲੀ, ਥੋੜ੍ਹਾ ਜਿਹਾ ਮਾਲ ਵੀ ਰੱਖਿਆ ਹੋਇਆ। ਇਹ ਮਾਲ ਦੀ ਖੁੱਲੀ ਆ, ਇਹ ਮਾਲ ਵਾਲਾ ਹੱਥ ਜਿਹੜਾ ਆਪਣਾ, ਇੱਥੇ ਸਰਦੀਆਂ ਨੂੰ ਮਾਲ ਮੂਲ ਬੰਨੀ ਦਾ, ਤੂੜੀ ਰੱਖੀ ਦੀ ਆ, ਅਤੇ ਇਹ ਰਕਸ਼ਾ ਆਪਣਾ ਮਸ਼ਹੂਰੇ ਜ਼ਮਾਨਾ ਰਕਸ਼ਾ, ਜਿੱਥੇ ਪੱਠੇ ਪੁੱਠੇ ਖਾਦ ਖੂਦ ਲਿਆਈ ਦੀ ਆ। ਅਤੇ ਇਹ ਟੋਕੇ ਦੇ ਸੀਗੇ, ਪੁਰਾਣੇ ਕੁਛ ਥੋੜ੍ਹੇ ਜਿਹੇ ਨਾ ਸੀਗੇ, ਤਾਂ ਖੈਰ ਗੁਜ਼ਾਰਾ ਕਰਦੇ ਸੀ। ਬਸ ਮੈਂ ਚੰਡਾਉਣ ਗਿਆ ਤਾਂ ਉੱਥੇ ਨਵੇਂ ਟੋਕਿਆਂ ਦੀ ਜੋੜੀ ਚੰਗੀ ਬਣੀ ਸੀਗੀ। ਉਹ ਫਿਰ ਉਹਨੂੰ ਮੈਂ ਕਿਹਾ ਵੀ ਕਿੰਨੇ ਦੇ ਆ, ਕਹਿੰਦਾ ਕਿ 1200 ਦੇ ਆ। ਮੈਂ ਕਿਹਾ ਯਾਰ ਮਹਿੰਗੇ ਜ਼ਿਆਦਾ ਨਹੀਂ ਹੋ ਗਏ? ਕਹਿੰਦਾ ਭਾਈ ਮਹਿੰਗਾਈ ਵੈਸੇ ਹੀ ਬਹੁਤ ਹੋ ਗਈ ਆ। ਅਤੇ ਉਹ ਟੋਕੇ ਫਿਰ ਨਵੇਂ ਲਿਆਂਦੇ ਆ। ਹੁਣ ਮੈਂ ਅਤੇ ਹਫੀਜ਼ ਇੱਕ ਸੈਂਡ ਆਏ ਹਾਂ, ਪੱਠੇ ਕੁਤਰ ਲਾਏ ਆ, ਨਹੀਂ ਤਾਂ ਕੱਸ ਕੇ ਚੈੱਕ ਕਰਕੇ ਤੁਹਾਨੂੰ ਦਿਖਾਉਂਦੇ ਵੀ ਇਹਦੀ ਦੀ ਪਰਫੋਰਮੈਂਸ ਵੀ ਚੈੱਕ ਕਰਾਉਂਦੇ ਤੁਹਾਨੂੰ। ਇਹ ਮੋਟਰ ਲੱਗੀ ਹੋਈ ਹੈ, 2.5 ਦੀ ਮੋਟਰ ਆ ਇਹ, ਅਤੇ ਇਹ ਹੁਣ ਕੱਸਦੇ ਹਾਂ, ਕੱਸਣ ਡਏ ਹਾਂ ਇਹਨਾਂ ਨੂੰ, ਕੱਸ ਕੇ ਚੈੱਕ ਕਰਦੇ ਹਾਂ ਨਾਲੇ ਇਹਨਾਂ ਨੂੰ, ਇਹਦਾ ਮੂੰਹ ਛੂੰਹ। ਅੱਗੇ ਵਾਲੇ ਟੋਕਿਆਂ ਦਾ ਥੋੜ੍ਹਾ ਜਿਹਾ ਮਸਲਾ ਆਇਆ ਸੀਗਾ, ਕਿ ਉਹ ਤਾਂ ਚੰਡਾਉਣ ਵਾਲੇ ਸੀ, ਇੱਕ ਇਹਨਾਂ ਨੇ ਖਿਆਲ ਨਹੀਂ ਕੀਤਾ, ਤਾਂ ਇੱਥੋਂ ਇਹ ਮਸਲਾ ਕਰਦੇ ਸੀ ਜ਼ਿਆਦਾ। ਉਹ ਆ ਦੇਖੋ ਕਿੱਦਾਂ ਰਲਾਂ ਕੱਢੀ ਜਾਂਦੇ ਆ।